ਦੱਸਣਾ ਤੁਹਾਨੂੰ ਸੱਚੀਆਂ। ਲੱਖੀ ਬਣਜਾਰੇ ਦੀ ਤੀਵੀਂ ਨੇ ਦੱਸਿਆ, ਕਿਹਨੇ? ਚਰਨੋਂ ਨੇ, ਉਹਨੇ ਹੀ ਦੱਸਿਆ ਸੀ। ਕਹਿੰਦੀ ਤੇਰਾ ਬਾਪੂ ਐਂ ਕਰਦਾ ਸੀ, ਐਂ ਕਰਦਾ ਸੀ। ਮੈਂ ਕਿਹਾ ਉਹਦਾ ਦਿਨ ਸੀ, ਅੱਜ ਵੀ ਉਹਦਾ ਦੇਣਾ। ਪੱਟੂ ਨੇ ਪੂਰਾ ਜ਼ੋਰ ਲਵਾਤਾ, ਕਹਿੰਦਾ ਮੇਲਾ ਲਾਲੀ ਕਰਾ ਕੇ ਦਿਖਾ। ਵਿੱਚ ਹੋਰ ਨੇ ਵੀ ਜ਼ੋਰ ਲਾ ਲਿਆ। ਅੱਜ ਰੱਬ ਦੀ ਕਿਰਪਾ, ਮੇਰੇ ਭਰਾਵਾਂ ਦੀ ਕਿਰਪਾ ਕੀ ਮੇਰੇ ਨਾਲ ਖੜ ਗਏ। ਮੇਲਾ ਹੋ ਗਿਆ, ਸਫਲ ਹੋ ਗਿਆ ਤੁਹਾਡੇ ਆਸ਼ੀਰਵਾਦ ਨਾਲ। ਮੇਰੀ ਭੂਆ ਸਦੀ ਦੀ ਜੈ। ਹੋ ਗਿਆ ਨਾ, ਲੈ ਫਿਰ ਖਿੱਚ ਕੇ ਬਈ। ਕਹਿੰਦੇ ਸਵਾਦ ਆ ਗਿਆ ਮੈਡਮ, ਤੂੰ ਸਟੇਜ ਤੇ ਆ ਗਈ। ਆ ਮੇਰੇ ਸਾਜੀ ਵੀਰਾਂ ਦੀ ਵੀ ਜੈ ਕਰ ਦੋ, ਮੇਰੇ ਸਾਉਣ ਦੀ ਵੀ ਜੈ ਕਰ ਦੋ, ਇਹਨਾਂ ਨੇ ਵੀ ਸਾਥ ਦਿੱਤਾ। ਇਹ ਆ ਮੇਰਾ ਸਭ ਤੋਂ ਵੀਰ ਬਹੁਤ ਖਤਰਨਾਕ ਆ, ਆ ਜਿਹੜਾ ਔਰਗਨ ਤੇ ਖੜਾ ਨਾ, ਇਹ ਕਹਿੰਦਾ ਮੈਡਮ ਸਟੇਜ ਤੇ ਕਦ ਆਏਗੀ? ਉਹ ਮੈਂ ਕਿਹਾ ਪੱਟੂ ਕੀ ਪਤਾ ਆਵਾਂ ਜਾਂ ਨਾ ਆਵਾਂ। ਕਹਿੰਦਾ ਤੇਰੇ ਬਿਨਾਂ ਸਟੇਜ ਫਿੱਕੀ ਆ। ਉਹ ਮੈਂ ਕਿਹਾ ਨਹੀਂ, ਸਾਰਿਆਂ ਬਿਨਾਂ ਹੀ ਫਿੱਕੀ ਆ। ਕਹਿੰਦਾ ਪਰ ਸਾਨੂੰ ਸਵਾਦ ਨਹੀਂ ਆ ਰਿਹਾ। ਮੈਂ ਕਿਹਾ ਮੇਰਾ ਤਾਂ ਗਲਾ ਬਹਿ ਗਿਆ, ਅੱਜ ਮੈਂ ਕੀ ਗਾਲੂੰਗੀ? ਬਾਈ ਗੱਲਾਂ ਕਰ ਲਾਂ ਤੇ ਗੁੱਸਾ ਨਾ ਕਰੋ, ਹੁਣ ਤਾਂ ਮੈਂ ਹੀ ਆ। ਵੈਸੇ ਦੋ ਗੀਤਾਂ ਤੈਨੂੰ ਪਹਿਲਾਂ ਲਾ ਵੀ ਦਿੱਤੇ। ਲਾਲੀ ਗੁੱਸਾ ਨਹੀਂ ਕਰਦੇ, ਆ ਜਿਹੜੀ ਤੂੰ ਕੂਕ ਜੀ ਮਾਰਦੀਆਂ ਨਾ, ਸਾਡੇ ਜਵਾਕਾਂ ਦੇ ਅੱਜ ਕੱਲ੍ਹ ਦਿਲ ਹੌਲੇ ਨੇ, ਉਹਨਾਂ ਦਾ ਬਜ਼ਾਰਾਂ ਦਾ ਬਾਥਰੂਮ ਨਾ ਨਿਕਲ ਜਾਵੇ। ਓਏ ਉਹੀ ਤਾਂ ਕੱਢਣ ਫਿਰਦੀਆਂ, ਜੇ ਕੱਢਣਗੇ ਤਾਂ ਹੀ ਪਤਾ ਲੱਗੂ ਵੀ ਇੱਥੇ ਆਉਂਦਾ ਹੈ। ਦੱਸ ਹੈ, ਤੂੰ ਨਾ ਡਰ ਜੀ ਬਾਈ, ਠੀਕ ਆ? ਅੱਛਾ ਲੈ ਫਿਰ ਚਲੀਏ, ਚੱਲੀਏ ਜਾਂ ਨਾ ਚੱਲੀਏ? ਆਏ ਹਾਏ 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 ਹਾਏ, ਜੋੜੀ ਦੇ ਫੇਰੇ ਹੋ ਰਹੇ ਨੇ ਜੀ, ਲਾਲੀ ਖੜੀ ਸਟੇਜ ਤੇ ਫੇਰੇ ਕਰਾਤੇ। ਆਏ ਹਾਏ 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 ਹਾਏ, ਦੇਖੋ ਕਿੰਨਾ ਭਾਗਾਂ ਵਾਲਾ ਦਿਨਾਂ ਜੋੜੀ ਫੇਰੇ ਲੈ ਰਹੀ ਹੈ ਭੂਆ ਸਦੀ ਦੀ। ਜੈ ਹੋ ਜੈ ਹੋ ਜੈ ਹੋ। ਸਾਡੇ ਕਸ਼ਮੀਰਾ ਜੀ ਲਾਲੀ ਨੂੰ ਬਹੁਤ ਪਿਆਰ ਦਿੰਦੇ ਨੇ, ਰੱਜ ਕੇ ਪਿਆਰ ਦੇ ਰਹੇ ਨੇ। ਇੱਕ ਮਿੰਟ ਬਾਈ, ਬਾਈ ਤੂੰ ਕੀ ਟੇਡਾ ਟੇਡਾ ਦੇਖਦਾ, 2 ਮਹੀਨੇ ਹੋ ਗਏ ਨਾਲੇ ਤਾਂ ਰਹਿ ਰਹੇ। ਦੱਸ ਹੈ ਮੇਰਾ ਵੱਡਾ ਬਾਈ, ਬਹੁਤ ਜ਼ਿਆਦਾ ਮਾਣ ਦੇ ਬਾਈ। ਮੈਂ ਕਿਹਾ ਸੀ ਨਾਂ ਨਹੀਂ ਬੋਲਣਾ, ਇੱਦਾਂ ਹੀ ਬੁਲਾਊ। ਆਹ ਦੇਖੋ ਇੱਦਾਂ ਹੀ ਬੁਲਾਇਆ, ਬਾਈ ਦਾ ਨਾਂ ਨਹੀਂ ਬੋਲਿਆ। ਸੁੱਖੀ ਭਾਅ ਜੀ ਦੇ ਵੱਡੇ ਬਰਾਦਰ ਨੇ, ਸ਼ੁਕਰੀਆ ਜੀ, ਸ਼ੁਕਰੀਆ। ਹਾਏ 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 ਹਾਏ, ਗੱਲਾਂ ਹੀ ਕਰਨੀਆਂ ਨੇ, ਗਾਉਣਾ ਕਿਹਨੇ ਆ ਬਾਈ? ਵਧੀਆ ਲੱਗਿਆ, ਵਧੀਆ ਲੱਗਿਆ। ਕਹਿੰਦਾ ਕਿਆ ਬਾਤਾਂ ਨੇ, ਆਏ ਮਰ ਜਾਵਾਂ।
ਬਾਈ ਕਾਹਨੂੰ ਪੁੱਤ ਪੁੱਤ ਕਰੀਆਂ ਨਾ ਲੱਸੀ ਹੋ ਜੂਗੀ। ਪਿੱਛੇ ਹੀ ਰਹਿ ਗਿਆ, ਤੇਰੇ ਬਿਨਾਂ ਤਾਂ ਅੱਜ ਕੰਮ ਨਹੀਂ ਸੀ ਚੱਲਣਾ ਸਾਡਾ, ਤੇਰਾ ਬਹੁਤ ਸਹਿਯੋਗ ਆ। ਧੰਨਵਾਦ ਜੀ ਪਿਆਰ ਦੇਣ ਲਈ, ਸ਼ੁਕਰੀਆ ਸ਼ੁਕਰੀਆ। ਆਪਣੇ ਸੁੱਕੀ ਜੀ ਦੇ ਬ੍ਰਦਰ ਇੱਕ ਮਿੰਟ ਕਹਿੰਦੇ ਮੇਰਾ ਮੁੰਡਾ, ਮੈਂ ਕਿਹਾ ਕਾਹਨੂੰ ਬਸ਼ਰਮ ਹੋਈ ਜਾਂਦਾ ਹੈ ਵੀ ਬਾਪ ਉਹ ਇੱਕ ਦੇ ਪਿੱਛੇ ਫਿਰੀ ਜਾਂਦੇ ਨੇ, ਠੀਕ ਹੈ ਨਾ। ਮੈਂ ਕਿਹਾ ਆਪਾਂ ਬਾਅਦ 'ਚ ਜੋੜੀ ਬਣਾ ਲਾਂਗੇ, ਟੈਨਸ਼ਨ ਨਾ ਲੈ। ਸ਼ੁਕਰੀਆ ਭਾਅ ਜੀ। ਬੀਬੀਆਂ ਭਾਈ ਕਾਹਨੂੰ ਗੁੱਸੇ, ਮੈਂ ਕਿਹਾ ਖੁਸ਼ ਕਰਨੇ ਨੇ, ਬੀਬੀਆਂ ਵੀ ਕਰ ਦਿੰਦੀ ਆ। ਓਕੇ ਆ, ਫਿਰ ਤਾੜੀ ਮਾਰੋ, ਫਿਰ ਟੱਪ ਹੋ ਰੱਖੂਗੀ। ਆ ਖੁਸ਼ ਕੀਤਾ, ਸਾਡੇ ਕਸ਼ਮੀਰਾ ਜੀ ਦੇ ਨਾਲ ਸਾਰਾ ਆਏ ਨੇ, ਉਹਨਾਂ ਦਾ ਵੀ ਬਹੁਤ ਸਾਰਾ ਸ਼ੁਕਰੀਆ ਕਰਦੇ ਹਾਂ। ਅੱਛਾ ਭਾਈ, ਹੁਣ ਕਿਵੇਂ ਨੱਟ ਉੱਟ ਖੁੱਲ੍ਹ ਗਏ? ਕਹਿੰਦੇ ਖੁੱਲ੍ਹ ਗਏ ਨੱਟ, ਹੁਣ ਪਹਿਲਾਂ ਕਸੇ ਹੋਏ ਸੀ ਕਹਿੰਦੇ। ਇੱਕ ਵੈਸੇ ਦੋ ਮਿੰਟ ਗੱਲ ਕਰ ਲਵਾਂ, ਠੀਕ ਆ। ਦਲਵਿੰਦਰ ਸਿੰਘ ਜੀ, ASI ਛੋਟੇ ਥਾਣੇਦਾਰ, ਆਪਣੇ ਸੁਖਵਿੰਦਰ ਸੁੱਖੂ ਜੀ ਦੇ ਬ੍ਰਦਰ, ਸਾਬਕਾ ਇੰਸਪੈਕਟਰ ਜੀ, ਬਹੁਤ ਸਾਰਾ ਨਾਮ, ਸਾਬਕਾ ਸਬ ਇੰਸਪੈਕਟਰ ਜੀ, ਧੰਨਵਾਦ ਜੀ। ਬਾਈ ਗੱਲ ਮੇਰੀ ਸੁਣ ਲਓ ਬੇਨਤੀ, ਉਹ ਗੱਲ ਇੱਕ ਹੈ, ਬਾਬਾ ਰਾਮਦੇਵ ਕੀ ਢਿੱਡ ਜਾ ਘਮਾਊਗਾ? ਅੱਜ ਤਾਂ ਬੱਲੇ ਬੱਲੇ ਘਰਾਤੀ, ਤਾੜੀ ਹੋ ਜਾਵੇ ਲਾਲੀ ਦੇ ਨਾਲ ਦੇ। ਓਕੇ, ਲੋਕਾਂ ਨੂੰ ਮੈਂ ਪੜ੍ਹਦੀ ਹੁਣਾਂ ਦਵਾਈ, ਮੈਂ ਲੋਕੋ ਮੇਲਾ ਲੁੱਟਣੀ ਆਈ, ਮੈਂ ਲੋਕੋ ਮੇਲਾ ਲੁੱਟਣੀ ਆਈ, ਮੇਲਾ ਲੁੱਟਣੀ ਆਈ, ਮੈਂ ਲੋਕੋ ਮੇਲਾ ਲੁੱਟਣੇ ਆਈ।
ਭਾਈ ਆ ਜਾਓ ਫਿਰ ਭੰਗੜਾ ਪਾ ਲਓ ਨਾਲ, ਆ ਜਾਓ ਆ ਜਾਓ ਆ ਜਾਓ ਆ ਜਾਓ ਭਾਈ ਆ ਜਾਓ ਆ ਜਾਓ ਆ ਜਾਓ ਆ ਟੀਵੀ ਜਾਣਾ ਟੀਵੀ ਚ ਆ ਜਾਓ ਆ ਜਾਓ ਆ ਜਾਓ ਬਈ 2 ਮਿੰਟ ਹੈ ਬਾਪੂ, ਨੀਂਦ ਆ ਜੂਗੀ ਰਾਤ ਨੂੰ। ਕਹਿੰਦਾ ਲੱਗਦਾ ਆਏ ਹਾਏ ਹਾਏ ਅੱਖਾਂ ਚ ਅੱਖਾਂ ਪਾਲਾ। ਕਹਿੰਦਾ ਬਾਪੂ ਆ ਉਮਰ ਚ ਅੱਖਾਂ ਚ ਅੱਖਾਂ ਪੈ ਗਈਆਂ, ਕੰਮ ਖਰਾਬ ਹੋ ਜੂਗਾ, ਮੇਰਾ ਤਾਂ ਜਾਣਾ ਕੁਛ ਨਹੀਂ, ਰਹਿਣਾ ਤਾਂ ਤੇਰਾ ਹੀ ਨਹੀਂ। ਕਿਉਂ ਬਈ ਬਈ ਗੁੱਸਾ ਨਹੀਂ ਕਰਨਾ, ਹਾਸੀ ਮਜ਼ਾਕ ਚੱਲਦਾ। ਆ ਜਾਓ ਫਿਰ ਦੇ ਤਾੜੀ ਤਾੜੀ ਤੇ ਤਾੜੀ ਤਾੜੀ ਵੇਖੋ, ਮੇਲਾ ਵੇਖਣ ਆਈ, ਮੇਲਾ ਵੇਖਣ ਆਈ, ਮੇਲਾ ਤੋਂ ਮੇਲਾ ਵੇਖਣ ਆਈ। ਕਹਿੰਦੀ ਸਕਿਆਂ ਦੇ ਸੰਗ ਫਿਰਾਂ ਖੇਲਦੀ, ਗੱਭੜੂ ਮੈਂ ਤੜਫਾ ਕੇ ਧਰਤੇ, ਇੱਥੇ ਤਾਂ ਬੁੜੇ ਵੀ ਤੜਫ ਗਏ। ਬੇਬੇ ਨੂੰ ਭਾਵਾਂ 50 ਰੁਪਏ ਦੇ ਨਾ ਦੇਣ, ਅੱਜ ਲਾਲੀ ਨੇ 200 ਨਿਕਲਣਾ। ਸਹੀ ਗੱਲ ਪੂਰੀ ਆ ਰਹੀਆਂ ਵਿੱਚ, ਮੈਂ ਕਿਹਾ ਸ਼ਾਇਦ ਅੱਧੀ ਆ ਰਹੀਆਂ, ਕਿਉਂਕਿ ਬਾਈ ਆਪਣੇ ਆਪਣੇ ਕੈਮਰੇ ਖੋਲੀ ਬੈਠੇ ਨੇ। ਬਾਈ ਉਹ ਕਹਿੰਦੇ ਪੂਰੀ ਆ ਰਹੀ ਆ, ਤੁਹਾਨੂੰ ਵੀ ਚਾਹੀਦੀ ਆ। ਬਾਈ ਦੇਖ ਲਓ ਮਹਿੰਗੀ ਪੈ ਜੂ, ਸੋਚ ਲਓ ਸਾਡੇ ਰਾਤ ਨੂੰ ਘਰ ਵਾਲੀ ਵਿੱਚ ਛਿੱਤਰ ਖਾਏਗਾ, ਬੈਡ ਹੇਠ ਆਊਗਾ, ਤੁਸੀਂ ਬੈਡ ਦੇ ਉੱਤੇ ਹੋਏਗੇ। ਹੁਣ ਆ ਜਾਓ ਜੀ, 1 2 3 ਮੈਂ ਨਾ ਸਟੇਜ 'ਤੇ ਪ੍ਰੋਗਰਾਮ ਕਰਦੀ ਸੀ, ਹੈ ਨਾ, ਇਹ ਬਿਲਕੁਲ ਸੱਚ ਗੱਲ ਆ। ਉਹ ਬਾਈ ਕਹਿੰਦਾ ਮੈਡਮ ਦਾ ਮੋਟਾ ਹੀ ਖਾਂਦੀ ਹੋਊਗੀ। ਮੈਂ ਕਿਹਾ ਬਾਈ ਨਹੀਂ, ਮੈਨੂੰ ਤਾਂ ਕੁਛ ਪਤਾ ਨਹੀਂ ਕੀ ਹੁੰਦਾ ਉਹ। ਸਤਿ ਸ਼੍ਰੀ ਅਕਾਲ ਬਾਈ ਜੀ, ਸ਼ੁਕਰੀਆ, ਧੰਨਵਾਦ ਜੀ ਤੁਹਾਡਾ। ਫਿਰ ਮੋਚੀ ਨੂੰ ਤਾਂ ਵੱਟ ਦੇ ਦੇ, ਆਏ ਹਾਏ ਹਾਏ ਹਾਏ, ਅੱਜ ਤਾਂ ਲਾਲੀ ਜੋ ਕਹਿੰਦੀ ਉਹੀ ਹੋਜੂ। ਕਹਿੰਦੇ
ਕਹਿੰਦੇ ਮੈਡਮ ਦਾ ਮੋਟਾ ਹੀ ਮਾਲ ਖਾਂਦੀ ਹੋਊਗੀ। ਮੈਂ ਕਿਹਾ ਉਹ ਕਿਵੇਂ ਬਾਈ? ਕਹਿੰਦਾ ਬਾਈ ਮੈਡਮ ਇੱਕ ਗੱਲ ਦੱਸ, ਸੱਚੀ ਸੱਚੀ ਤੇਰੇ ਅੰਦਰ ਕਿਹੜੀ ਮਸ਼ੀਨ ਲੱਗੀ ਹੋਈ ਆ? ਮੈਂ ਕਿਹਾ ਪਰਮਾਤਮਾ ਨੇ ਸਭ ਦੇ ਅੰਦਰ ਹੀ ਲਾਈ ਹੋਈ ਆ, ਉਹੀ ਮਸ਼ੀਨ ਮੇਰੇ ਅੰਦਰ ਆ। ਕਹਿੰਦੇ ਨਹੀਂ, ਤੂੰ ਜਦ ਸਟੇਜ ਤੋਂ ਨਹੀਂ ਨਾ ਸਾਲਾ ਪੈਰਾਂ ਤੋਂ ਲੈ ਕੇ ਸਿਰੇ ਤੱਕ ਝਾਊ ਮਾਊ ਹੋਈ ਹੋ ਜਾਂਦਾ ਏ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦਾ ਜੇ ਕੋਲ ਬੁਲਾਵੇਂਗੀ ਤਾਂ ਦੱਸੂਗਾ। ਮੈਂ ਕਿਹਾ ਕੋਲ ਤਾਂ ਨਹੀਂ ਮੈਂ ਬੁਲਾਉਣਾ, ਮੇਰੇ ਘਰ ਵਾਲਾ ਗੁੱਸੇ ਹੋ ਜੂਗਾ। ਕੁਲਵੰਤ ਸਿੰਘ ਜੀ ਲਾੜਪੁਰੋ ਤੋਂ ਗੀਤਕਾਰ, ਇਹਨਾਂ ਦਾ ਵੈਸੇ ਪਹਿਲਾਂ ਹੀ ਬਹੁਤ ਸਾਨੂੰ ਪਿਆਰ ਦਿੱਤਾ ਹੋਇਆ, ਹੁਣ ਹੋਰ ਦੇ ਗਏ ਸ਼ੁਕਰੀਆ। ਹਾਂਜੀ, ਕਹਿੰਦੇ ਝਾਊ ਮਾਊ ਝਾਊ, ਮੈਂ ਕਿਹਾ ਉਹ ਕੀ ਹੁੰਦਾ ਜੀ? ਕਹਿੰਦੇ ਕੋਲ ਬਿਠਾਲਾ ਸਾਰਾ ਕੁਛ ਪਤਾ ਲੱਗ ਜੂਗਾ। ਮੈਂ ਕਿਹਾ ਨਹੀਂ ਜੀ। ਕਹਿੰਦੇ ਜਿਹੜਾ ਤੂੰ ਲੱਕ ਜਾ ਮਾਰਦੀਆਂ ਏ, ਇਹ ਸਾਨੂੰ ਸਮਝ ਨਹੀਂ ਆਉਂਦੀ। ਮੈਂ ਕਿਹਾ ਤੁਸੀਂ ਮਾਰ ਕੇ ਦੇਖੋ ਵੱਜ ਜੂਗਾ। ਮੈਂ ਕਿਹਾ ਪਰ ਇੱਕ ਸ਼ਰਤਾਂ ਮੈਂ ਸਿਖਾ ਦੂੰਗੀ, ਜਾ ਕੇ ਘਰ ਵਾਲੀ ਨੂੰ ਤੰਗ ਨਾ ਕਰੀ। ਕਹਿੰਦਾ ਫਿਰ ਸੋਚੂਗਾ। ਮੈਂ ਕਿਹਾ ਫਿਰ ਮੈਂ ਵੀ ਸੋਚੂਗੀ। ਚੱਲ ਕਹਿੰਦਾ ਨਹੀਂ ਕਰਦਾ, ਤੰਗ ਨਹੀਂ ਕਰਦਾ ਬੇਬੇ ਨੂੰ ਜਾ ਕੇ। ਮੈਂ ਕਿਹਾ ਚੱਲ ਠੀਕ ਆ। ਮੈਂ ਕਿਹਾ ਚੱਲ ਮੈਂ ਸਿਖਾਨੀ ਆ, ਠੀਕ ਆ? ਕਹਿੰਦਾ ਠੀਕ ਆ ਜੀ। ਪੱਟੋਂ ਲੱਕ ਤਾਂ ਕਰਨਾ ਨੇ ਆਇਆ, ਕੁਛ ਹੋਰੇ ਕੱਢ ਕੇ ਖੜ ਗਿਆ ਮੇਰੇ ਮੋੜੇ। ਫਿਰ ਮੈਂ ਵੀ ਭੁੱਲ ਗਈ, ਉਹ ਵੀ ਭੁੱਲ ਗਿਆ। ਓਏ 1 2 3 4 ਬਾਪੂ ਜੀ ਨੇ, ਉਸਤਾਦ ਲੱਖੀ ਬਨਜਾਰਾ ਜੀ ਨੇ ਮੈਨੂੰ ਕਹਿੰਦੇ ਪੁੱਤ ਜਾ, ਤੈਨੂੰ ਆਸ਼ੀਰਵਾਦ ਆ, ਜਿੱਥੇ ਤੂੰ ਇਹ ਗੀਤ ਨਹੀਂ ਲਾਏਗੀ ਤੇਰਾ ਮੇਲਾ ਜਾਂ ਅਖਾੜਾ ਕਦੇ ਨਹੀਂ ਪਾਸ ਹੋਊਗਾ, ਪਰ ਜਿੱਥੇ ਮੈਂ ਗੀਤ ਲਾਉਣੀ ਆ ਮੈਨੂੰ ਬੱਲੇ ਬੱਲੇ ਹੁੰਦੀਆਂ ਕਿ ਨਹੀਂ ਹੁੰਦੀ? ਤਾੜੀ ਮਾਰ ਕੇ ਦੱਸੋ ਵੀ ਕਿੰਨਾ ਪਿਆਰ ਕਰਦੇ ਆ ਲਾਲੀ ਨਾਲ। ਸ਼ੁਕਰੀਆ ਜੀ। ਸਾਡੇ ਕਸ਼ਮੀਰਾ ਜੀ 500 ਰੁਪਿਆ, 1000 ਰੁਪਿਆ। ਪੜਾ ਅਸੀਂ ਕੱਢੇ ਲਈ, ਫਿਰ
ਕਹਿੰਦਾ ਗੇੜਾ ਦੇ ਦੋ ਮੈਂ ਲਾਲੀ ਨਾਲ ਕੱਟ ਲਈ ਪੜਾ ਜੀ ਹਜੇ ਕੱਟਣੀ ਆ ਬਾਈ ਉਹਦੇ ਨਾਲ ਕੱਟ ਲਈ ਮੈਂ ਤਾਂ ਤੰਗ ਹੋ ਜੂੰਗੀ ਇਹ ਮੇਲਾ ਮੈਨੂੰ ਮਹਿੰਗਾ ਪੈ ਜੂ ਕੋਈ ਗੱਭਰੂ ਬਾਹ ਫੜ ਕੇ ਲੈ ਜੂ ਬਾਹ ਫੜਨੇ ਤਾਂ ਬਹੁਤ ਫਿਰਦੇ ਨੇ ਪਰ ਲਾਲੀ ਫੜਾਉਂਦੀ ਉਹਨੇ ਕਿਸੇ ਨੂੰ ਜੇ ਬਾਹ ਫੜਾਦੀ ਕੰਮ ਖਰਾਬ ਹੋ ਜੂਗਾ ਹਾਂ ਸਾਲੇ ਪਹਿਲੇ ਹੀ ਬੋਲ ਪਿਆ ਡਾ ਬਾਂਸੇ ਮੇਲਾ ਦੇਖਣ ਆਈ ਮੈਂ ਲੋਕੋ ਮੇਲਾ ਲੁੱਟਣ ਆਈ ਮੇਲਾ ਦੇਖਣ ਆਈ ਮੈਂ ਲੋਕੋ ਮੇਲਾ ਲੁੱਟਣ ਆਈ ਮੇਲਾ ਲੁੱਟਣ ਆਈ ਮੈਂ ਲੋਕੋ ਮੇਲਾ ਲੁੱਟਣ ਆਈ ਮੇਲਾ ਲੁੱਟਣ ਆਈ ਮੈਂ ਲੋਕੋ ਮਾਰਾ ਸਵਾਦ ਆਊਗਾ ਲਓ ਜੀ ਅੱਜ